ਅਗਲੇ 15 ਨੂੰ ਦਿਨਾਂ ਨੂੰ ਵਰਲਡ ਕੱਪ ਫੁੱਟਬਾਲ ਬ੍ਰਾਜ਼ੀਲ 'ਚ ਸ਼ੁਰੂ ਹੋਣ ਜਾ ਰਿਹਾ। ਇਹ ਇੱਕ ਬਹੁਤ ਵੱਡਾ ਇਵੈਂਟ ਹੈ। ਬੜੀ ਅਫਸੋਸ ਦੀ ਗੱਲ ਹੈ ਕਿ ਉਹਦੇ 'ਚ ਹਿੰਦੁਸਤਾਨ ਦੀ ਆਪਣੇ ਮੁਲਕ ਦੀ ਟੀਮ ਹਿੱਸਾ ਨਹੀਂ ਲੈ ਰਹੀ। ਫੁੱਟਬਾਲ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਆਪਣੇ ਦੇਸ਼ ਨੇ ਕੋਈ ਕਦੀ ਵੀ ਕੋਈ ਬਹੁਤ ਚੰਗਾ ਪ੍ਰਦਰਸ਼ਨ ਨਹੀਂ ਕੀਤਾ। ਪਰ ਇਸ ਤੋਂ ਵੀ ਜ਼ਿਆਦਾ ਅਫਸੋਸ ਦੀ ਗੱਲ ਇਹ ਆ ਕਿ ਚਾਰ ਦਿਨਾਂ ਨੂੰ ਯੂਰਪ ਦੇ ਵਿੱਚ ਵਰਲਡ ਕੱਪ ਹਾਕੀ ਸ਼ੁਰੂ ਹੋਣ ਜਾ ਰਿਹਾ ਉੱਥੇ ਆਪਣੀ ਟੀਮ ਵੀ ਹਿੱਸਾ ਲੈ ਰਹੀ ਆ ਇੰਡੀਅਨ ਟੀਮ ਜਿਹੜਾ ਦੀ ਹੇਗ ਦੇ ਵਿੱਚ ਜਿਹੜਾ ਵਰਲਡ ਕੱਪ ਹਾਕੀ ਸ਼ੁਰੂ ਹੋ ਰਿਹਾ ਉਹਦੇ ਵਿੱਚ ਹਿੱਸਾ ਲੈ ਰਹੀ ਆ ਪਰ ਫਿਰ ਵੀ ਵਰਲਡ ਕੱਪ ਹਾਕੀ ਦੀ ਆਪਣੇ ਮੁਲਕ ਦੇ ਵਿੱਚ ਪੰਜਾਬ ਦੇ ਵਿੱਚ ਆਪਣੇ ਲੋਕਾਂ ਦੇ ਵਿੱਚ ਕੋਈ ਗੱਲ ਨਹੀਂ ਇਹ ਕਿਉਂ ਇਹ ਇੱਕ ਬੜੀ ਅਫਸੋਸ ਦੀ ਗੱਲ ਆ ਤੁਹਾਨੂੰ ਸਭ ਨੂੰ ਪਤਾ ਹੀ ਆ ਹਾਕੀ ਦੇ ਵਿੱਚ ਆਪਣੇ ਮੁਲਕ ਨੇ ਬਹੁਤ ਕੁਝ ਅਚੀਵ ਕੀਤਾ ਆਪਾਂ ਬੇਤਾਜ ਬਾਦਸ਼ਾਹ ਮੰਨੇ ਜਾਂਦੇ ਰਹੇ ਆ ਹਾਕੀ ਦੇ 올림픽ਸ ਦੇ ਵਿੱਚ ਕਈ ਮੈਡਲ ਜਿੱਤੇ ਆ ਧਿਆਨ ਚੰਦ ਬਲਬੀਰ ਸਿੰਘ ਸੀਨੀਅਰ ਇਹ ਇੱਕ ਹਰ ਘਰ ਦੇ ਬੱਚੇ-ਬੱਚੇ ਦੇ ਜ਼ੁਬਾਨ ਤੇ ਇਹ ਨਾ ਹੁੰਦੇ ਸੀ ਪੰਜਾਬ ਦੇ ਸੰਸਾਰਪੁਰ ਪਿੰਡ ਦੇ ਵਿੱਚੋਂ ਕਈ ਵਾਰ 2-2 3-3 ਪਲੇਅਰ ਇੰਡੀਅਨ ਟੀਮ ਦੇ ਵਿੱਚ ਹਿੱਸਾ ਲੈਂਦੇ ਰਹੇ ਹੁਣ ਵੀ ਥੋੜੀ ਬਹੁਤ ਉੱਥੋਂ ਦੀ ਨੁਮਾਇੰਦਗੀ ਹੈ ਪਰ ਬਹੁਤ ਕੱਟ ਇਹ ਸਭ ਕੁਝ ਕਿਉਂ ਹੋਇਆ ਇਹਦੇ ਬਹੁਤ ਕਾਰਨ ਆ ਮੈਨੂੰ ਯਾਦ ਹੈ 1975 ਦੇ ਵਿੱਚ ਸ਼ਾਇਦੇ ਲਾਸਟ ਟਾਈਮ ਸੀ ਜਦੋਂ ਆਪਾਂ ਵਰਲਡ ਕੱਪ ਜਿੱਤੇ ਆ ਉਦੋਂ ਮੈਂ ਕਾਲਜ ਦੇ ਵਿੱਚ ਪੜਦਾ ਸੀ ਮੈਨੂੰ ਯਾਦ ਹੈ ਉਹਨਾਂ ਦਿਨਾਂ ਦੇ ਵਿੱਚ ਅਜੀਤਪਾਲ ਦੀ ਅਜੀਤਪਾਲ ਸਿੰਘ ਦੀ ਕਪਤਾਨੀ ਹੇਠ ਇਹ ਆਪਾਂ ਇਹ ਵਰਲਡ ਕੱਪ ਜਿੱਤਿਆ ਸੀ ਉਦੋਂ ਬਲਬੀਰ ਸਿੰਘ ਸੀਨੀਅਰ ਹਾਕੀ ਦੇ ਜਿਹੜੇ ਬੜੇ ਪੁਰਾਣੇ ਖਿਡਾਰੀ ਰਹੇ ਆ ਉਹ ਟੀਮ ਦੇ ਮੈਨੇਜਰ ਵੀ ਸੀ ਚੀਫ ਕੋਚ ਵੀ ਸੀ ਉਹਨਾਂ ਦੇ ਨਾਲ ਮਿਸਟਰ ਬੋਦੀ ਜਿਲੰਦਰ ਤੋਂ ਸੀ ਉਹ ਨਾਲ ਉਹਨਾਂ ਦੇ ਨਾਲ ਕੋਚ ਸੀਗੇ ਬਹੁਤ ਚੰਗੀ ਟੀਮ ਸੀ ਪਰ ਉਸ ਤੋਂ ਬਾਅਦ ਆਪਣੀ ਟੀਮ ਜਿਹੜੀ ਆ ਥੱਲੇ ਥੱਲੇ ਜਾਂਦੇ ਰਹੇ ਚੰਗੇ ਪਲੇਅਰ ਰਹੇ ਆ ਜਿਵੇਂ ਆਪਣੇ ਪ੍ਰਗਟ ਸਿੰਘ ਜਾਂ ਹੋਰ ਵੀ ਕਈ ਪਲੇ ਸੁਰਜੀਤ ਸਿੰਘ ਉਹਨਾਂ ਤੋਂ ਹੀ ਪਹਿਲਾਂ ਮੇਰੇ ਨਾਲ ਕਾਲਜ 'ਚ ਹੀ ਪੜ੍ਹਦੇ ਰਹੇ ਬਹੁਤ ਬੇਹਦਰੀਨ ਖਿਡਾਰੀ ਸੀ ਇਹ ਆਪਣੇ ਨਾਲ ਹਾਕੀ ਦੇ ਵਿੱਚ ਇਹ ਸਭ ਕੁਝ ਕਿਉਂ ਹੋਇਆ ਆਪਣੀ ਜਿਹੜੀ ਪ੍ਰਦਰਸ਼ਨ ਨੇ ਆ ਜਿਹੜਾ ਪਰਫਾਰਮੈਂਸ ਹੈ ਇੰਨੀ ਥੱਲੇ ਕਿਉਂ ਚਲ ਗਈ ਇਹਦੇ ਬਹੁਤ ਕਾਰਨ ਆ ਖੇਡਾਂ ਦੇ ਵਿੱਚ ਜਿਹੜੀ ਸਿਆਸਤ ਵੜ ਗਈ ਖੇਡਾਂ ਦੀਆਂ ਆਰਗੇਨਾਈਜੇਸ਼ਨ ਦੇ ਵਿੱਚ ਜਿਹੜੀ ਸਿਆਸਤ ਵਰਗੀ ক্রিকেট ਵੱਲ ਜ਼ਿਆਦਾ ਦਿਲਚਸਪੀ ਹੋਣਾ ਮੀਡੀਆ ਵੱਲੋਂ ਹਾਕੀ ਨੂੰ ਉਹ ਥਾਂ ਨਹੀਂ ਦੇਣੀ ਜਿਹੜੀ ਉਹਦੀ ਹਾਕੀ ਦੀ ਬਣਦੀ ਸੀ ਇਸ ਤਰ੍ਹਾਂ ਦੇ ਕਈ ਕਾਰਨ ਹਨ ਹੁਣ ਕੀ ਕਰਨ ਦੀ ਲੋੜ ਹੈ ਹਾਕੀ ਨੂੰ ਦੁਬਾਰਾ ਇਹਦਾ ਹਾਕੀ ਦਾ ਜਿਹੜਾ ਲੈਵਲ ਹੈ ਕਿਵੇਂ ਆਪਾਂ ਚੁੱਕ ਸਕਦੇ ਹਾਂ ਇਹਦੇ ਤੇ ਇੱਕ ਡਿਬੇਟ ਕਰਨ ਦੀ ਲੋੜ ਹੈ ਮੇਰੇ ਖਿਆਲ ਅਗਲੇ ਕੁਝ ਦਿਨਾਂ ਦੇ ਵਿੱਚ ਆਪਾਂ ਇਹਦੇ ਤੇ ਜ਼ਰੂਰ ਕਿਉਂਕਿ ਵਰਲਡ ਕੱਪ ਦੇ ਵਿੱਚ ਥੋੜੀ ਬਹੁਤ ਤੇ ਦਿਲਚਸਪੀ ਮੀਡੀਆ ਚ ਥੋੜੀ ਬਹੁਤ ਖਬਰ ਆਉਣਗੀਆਂ ਸੋ ਇਸ ਮਸਲੇ ਤੇ ਆਪਾਂ ਨੂੰ ਜ਼ਰੂਰ ਵਿਚਾਰ ਕਰਨਾ ਚਾਹੀਦਾ ਵਾ ਤੜਚੋਂ ਬਹੁਤ ਸਾਰੇ ਲੋਕੀ ਬਹੁਤ ਸਾਰੇ ਸੱਜਣ ਹੌਕੀ ਖੇਡਦੇ ਰਹੇ ਹੋਣਗੇ ਹੌਕੀ ਨੂੰ ਪਿਆਰ ਕਰਨ ਵਾਲੇ ਹੋਣਗੇ ਸੋ ਆਪਣੇ ਵਿਚਾਰ ਜ਼ਰੂਰ ਦੱਸਿਓ ਮੈਂ ਵੀ ਆਪਣੇ ਵਿਚਾਰ ਰੱਖੂਗਾ ਤੁਹਾਡੇ ਸਾਹਮਣੇ ਵੀ ਹੌਕੀ ਦਾ ਲੈਵਲ ਜਿਹੜਾ ਵਾ ਮਿਆਰ ਜਿਹੜਾ ਇਹ ਕਿਵੇਂ ਆਪਾਂ ਦੁਬਾਰਾ ਚੁੱਕ ਸਕਦੇ ਆ ਪਰ ਕੋਸ਼ਿਸ਼ ਕਰਨੀ ਚਾਹੀਦੀ ਆਪਾਂ ਸਾਰਿਆਂ ਨੂੰ ਇੱਕ ਤਰੀਕੇ ਦੀ ਇੱਕ ਪਾਲਿਸੀ ਬਣਾ ਕੇ ਦੁਬਾਰਾ ਇੱਕ ਕੈਂਪੇਨ ਕਰਨ ਦੀ ਲੋੜ ਆ ਵੀ ਹਾਕੀ ਦਾ ਜਿਹੜਾ ਮੈਅਰ ਆ ਉਹਦਾ ਜਿਹੜਾ ਲੈਵਲ ਆ ਆਪਾਂ ਦੁਬਾਰਾ ਉੱਤੇ ਚੋਕ ਸਕੀਏ